ਬੀਤੀ ਦੇਰ ਸ਼ਾਮ 7 ਵਜੇ ਦੇ ਕਰੀਬ ਸ਼ਿਵ ਸੈਨਾ ਦੇ ਜ਼ਿਲ੍ਹਾ ਉਪ ਪ੍ਰਧਾਨ ਅਜੇ ਸਲਾਰੀਆ ਨੂੰ ਗੋਲੀਆਂ ਮਾਰ ਕੇ ਹਮਲਾਵਰਾਂ ਵੱਲੋਂ ਮਾਰ ਦਿੱਤਾ ਗਿਆ, ਜਿਸ ਨੂੰ ਪੁਲਿਸ ਵੱਲੋਂ ਸਥਾਨਕ ਪ੍ਰਾਈਵੇਟ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਅੱਜ ਮ੍ਰਿਤਕ ਅਜੇ ਸਲਾਰੀਆ ਦੇ ਪਿਤਾ ਸੁਦਾਗਰ ਸਿੰਘ, ਭੈਣ ਸੋਨੀਆ, ਮਾਸੀ ਸ਼ੋਭਾ ਦੇਵੀ, ਚਚੇਰਾ ਭਰਾ ਸਾਹਿਲ ਠਾਕੁਰ ਨੇ ਰਿਸ਼ਤੇਦਾਰਾਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੋਸਟਮਾਰਟਮ ਕਰਨ ਤੋਂ ਰੋਕ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਉਹਨਾਂ ਕਥਿਤ ਤੌਰ 'ਤੇ ਆਰੋਪ ਲਗਾਇਆ ਕਿ ਪੁਲਿਸ ਦੀ ਮੌਜੂਦਗੀ ਵਿੱਚ ਸਾਡੇ ਪੁੱਤਰ ਨੂੰ ਹਮਲਾਵਰਾਂ ਨੇ ਮਾਰਿਆ ਹੈ, ਜਿਸ ਸੰਬੰਧੀ ਪਹਿਲਾਂ ਸੂਚਿਤ ਕੀਤਾ ਸੀ। ਉਹਨਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਜਦ ਤੱਕ ਆਰੋਪੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਦ ਤੱਕ ਅਸੀਂ ਪੋਸਟਮਾਰਟਮ ਨਹੀਂ ਹੋਣ ਦਿਆਂਗੇ। ਉੱਥੇ ਹੀ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ ਅਤੇ ਵਿਸ਼ਵਾਸ ਦਿਲਾਇਆ ਕਿ ਆਰੋਪੀਆਂ ਉੱਪਰ 302 ਦਾ ਪਰਚਾ ਰਜਿਸਟਰਡ ਹੋ ਗਿਆ ਹੈ, ਜਿਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਸੰਬੰਧੀ ਜਦ SP ਹੈੱਡਕੁਆਰਟਰ ਨਵਜੋਤ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ 5 ਹਮਲਾਵਰਾਂ ਖਿਲਾਫ਼ ਪੁਰਾਣਾ ਸ਼ਾਲਾ ਦੇ ਪੁਲਿਸ ਸਟੇਸ਼ਨ ਵਿੱਚ 22 ਨੇਮ ਪਰਚਾ ਦਰਜ ਕਰ ਲਿਆ ਗਿਆ ਹੈ, ਜਿਸ ਵਿੱਚ ਹਰਮੀਤ ਸਿੰਘ ਉਰਫ ਮੀਤਾ ਪਿੰਡ ਭੱਟੀਆਂ, ਰਕੇਸ਼ ਗੇਸੀ ਪਿੰਡ ਗੋਹਤਪੋਕਰ, ਸੰਦੀਪ ਸਿੰਘ ਉਰਫ ਪ੍ਰਿੰਸ ਵਾਸੀ ਪਿੰਡ ਸੈਦੋਵਾਲ, ਸੁਖਰਾਜ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਲਖਣਪਾਲ, ਦੀਪ ਵਾਸੀ ਪਿੰਡ ਲਖਣਪਾਲ ਸ਼ਾਮਿਲ ਹਨ, ਜਿਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਪਰਿਵਾਰ ਨੂੰ ਬੰਦਾ ਇਨਸਾਫ ਦਿੱਤਾ ਜਾਵੇਗਾ, ਪਰ ਖਬਰ ਲਿਖੇ ਜਾਣ ਤੱਕ ਮ੍ਰਿਤਕ ਅਜੇ ਸਲਾਰੀਆ ਦੇ ਪਰਿਵਾਰਕ ਮੈਂਬਰਾਂ ਨੇ ਪੋਸਟਮਾਰਟਮ ਨਹੀਂ ਹੋਣ ਦਿੱਤਾ। ਚਾਬੀ ਕੱਢੀ, ਉਹਨੇ ਰੋਲਾ ਪਾਇਆ, ਕਿਹਨੇ ਸੁਣਾਈ ਨੀ ਕੀਤੀ, ਕਿਹਨੇ ਸੁਣਾਈ ਨੀ ਕੀਤੀ, ਅਜੇ ਜੇਲ ਕੋਟਰੀ ਚ ਬੰਦ ਕੀਤਾ, ਸਾਰੀ ਪੁਲਿਸ ਆ ਗਈ, ਚੌਂਕ ਤੱਕ ਪੱਸਾ ਲਾ ਦਿੱਤੀਆਂ, ਕਿੱਟ ਟਿੱਟ ਕਰ ਕੇ ਆ ਗਈ, ਵਾਲਾ ਟਿੱਟ ਤੇ ਕੋਲਾ ਉੱਤਰ ਗਈ, ਕੰਮ ਲਈ ਉਹਨਾਂ ਨੂੰ ਚਾਰਨ ਪੇਸ਼ ਕਰੋ, ਚਾਰ ਪੇਸ਼ ਕਰਦੇ, ਸਾਡੇ ਕਾਲਜੇ ਨੂੰ ਠੰਡ ਪੈਂਦੀ, ਉਹਨਾਂ ਨੂੰ ਚਾਰਨ ਪੇਸ਼ ਕਰੋ, ਚਾਰਨ ਪੇਸ਼ ਕਰੋ, ਮੈਂ ਜਲੰਧਰੋਂ ਛਰਿਆ ਪੁਰਾਣਾ ਸ਼ਾਲਾ ਨਾਕਾ ਜਿੱਥੇ ਲੱਗਦਾ ਚੌਂਕ ਦੇ ਵਿੱਚ ਟਿੱਟ ਤੇ ਗੋਲੀ ਮਾਰੀ, ਬਾਤੇ ਮਾਰੀ, ਸਾਲਾ ਪੁਲਿਸ ਦੇ ਹੀ ਨਿਕਲੀ, ਉਹ ਪਟਾਕਾ ਨਹੀਂ ਜਿਹੜੇ ਕੰਨਾਂ ਨੂੰ ਬਾਦ ਨਹੀਂ ਗਈ, ਉਹ ਚਲਾ ਕੇ ਗਏ ਗੋਲੀਆਂ ਸ਼ਰਿਆ ਲਲਕਾਰੇ ਮਾਰ ਕੇ, ਉਹਨਾਂ ਦੀ ਮੋਟਰਸਾਈਕਲ ਦੀ ਚਾਬੀ ਵੀ ਬਿਨਾਂ ਮੋਟਰਸਾਈਕਲ ਤੋਂ ਗਏ, ਫਿਰ ਵੀ ਪੁਲਿਸ ਨਹੀਂ ਨਿਕਲੀ, ਠਾਣਾ ਲੱਗ ਗਏ ਚਾਰ ਦਿਨ ਪਹਿਲਾਂ ਉਹਨਾਂ ਨੇ ਫੋਨ ਕੀਤਾ, ਕੱਲ ਵੀ ਫੋਨ ਕੀਤਾ ਕਿ ਉਹਨਾਂ ਨੂੰ ਗ੍ਰਿਫਤਾਰ ਕੀਤੇ ਗਏ, ਮੁੰਡੇ ਸੁੱਟ ਗਏ, ਐਸਐਸਪੀ ਫੜਿਆ ਤੇ ਭਰਾ ਨੂੰ ਗੋਲੀ ਮੇਰੇ ਮਾਰੀ ਟੇਡ ਤੇ, ਮੇਰਾ ਪਿਓ ਗਰੀਬ ਵਿਚਾਰਾ ਦਿਹਾੜੀ ਲਾਉਂਦਾ ਟੈਂਪੂ ਚਲਾਉਂਦਾ, ਕਿੰਨਾ ਨੇ ਮਾਰਿਆ ਜੀ ਪਤਾ ਕੁਛ, ਔਰ ਮੈਨੂੰ ਪਤਾ ਹੀ ਨਹੀਂ ਕਿੰਨੇ ਮਾਰਿਆ, ਕਿੰਨੇ ਮਾਰਿਆ, ਕੋਲ ਲੈ ਕੇ ਚਾਰੋ ਬਾਲ ਕਢਾਲ ਕੇ ਆਈ, ਸਾਡੀ ਕਰੋ ਬਾਲ ਕਢਾਲ ਕੇ ਆਈ, ਉਹ ਮਾਰਨਾ ਹੈ ਸਾਨੂੰ ਨਹੀਂ ਪਤਾ, ਉਸ ਨੇ ਅਜੇ ਤੱਕ ਗ੍ਰਿਫਤਾਰ ਕੀਤਾ ਕੋਈ, ਕੁਛ ਨਹੀਂ ਕੀਤਾ, ਕੋਈ ਕਦਮ ਨਹੀਂ ਚੱਕਿਆ, ਕਿਉਂਕਿ ਤਾਂ ਮੇਰਾ ਪਿਓ ਕਰਦਾ ਪਿਆ, ਕੱਲ ਮੇਰੇ ਸਾਰੇ ਕੋਠੇ ਚ ਬੰਦ ਕੀਤੇ ਦਾ, ਉਹਦੇ ਅੱਗੇ ਗੱਡੀਆਂ ਲੱਗੀ ਦੀਆਂ ਚੌਂਕ ਤੱਕ, ਕੋਈ ਗੱਡੀ ਨਹੀਂ, ਚੌਂਕ ਤੱਕ ਪੁਲਿਸ ਲਾਈ ਦੀ, ਉਹਨੇ ਕਿਹੜਾ ਨੱਟ ਕੇ ਜਾਣਾ ਆ, ਉਹਨੂੰ ਨੱਟ ਕੇ ਫੜੋ,
ਜਿਹੜੇ ਜਿਹੜੇ ਮਾਰ ਕੇ ਗਏ ਗੋਲੀਆਂ ਉਹਨਾਂ ਨੂੰ ਫੜ ਕੇ ਸਾਡੇ ਪੇਚ ਕਰੋ, ਉਹਨਾਂ ਦਾ ਮਾਂ ਪਿਓ ਲਿਆਓ, ਉਹਨਾਂ ਦਾ ਪਿਆਰ ਭਰਾ ਲਿਆਓ, ਸਾਡੇ ਸਾਹਮਣੇ ਕਰੋ, ਅਸੀਂ ਪੋਸਟਮਾਰਟ ਕਰਵਾਉਂਦੇ ਆ, ਅਸੀਂ ਹੁਣੇ ਕਰਵਾਉਂਦੇ ਆ, ਸਾਡੇ ਸਾਹਮਣੇ ਕੁਝ ਕੀਤਾ ਨਹੀਂ, ਸਾਹਮਣੇ ਬੰਦੇ ਬਾਰੇ ਕਰ ਦੋ, ਇਹਨੂੰ ਮੈਂ ਪੁਲਿਸ ਲਾਇਆਗੀ, ਸਾਡਾ ਬੜਾ ਦੱਸ ਗਿਆ, ਸਾਡਾ ਬੜਾ ਨਾਲ ਸਵੇਰੇ ਮੇਰੇ ਪਿਓ ਨੂੰ ਬ੍ਰੇਨ ਸਿਰ ਦੀ ਪ੍ਰੋਬਲਮ, ਮੇਰੇ ਪਿਓ ਨੂੰ ਅਟੈਕ ਹੋ ਚੱਲਿਆ, ਪਲਸ ਰੁਕ ਗਈ, ਅਸੀਂ ਹਸਪੀਟਲ ਲੈ ਗਏ। ਕੀ ਨਾਂ ਜੀ? ਤੂੰ ਕਹਿੰਦੇ ਮੈਂ ਟੈਬੂ ਚਲਾਉਂਦਾ, ਮੈਂ 5 ਵਜੇ ਆਇਆ, 6 ਵਜੇ ਉਹ ਨਹਾ ਕੇ ਘਰੋਂ ਨਿਕਲਿਆ, ਬਾਲ ਕਟਾਉਣ ਗਿਆ ਜੀ, ਬਾਲ ਕਟਾਉਣ ਨਿਕਲਿਆ, ਬਾਲ ਕਟਾਉਣ ਗਿਆ ਜੀ, ਉਹਨੂੰ ਚੋਕ ਦੇ ਵਿੱਚ 7 ਵਜੇ, ਹਾਂਜੀ 7:15 ਅੱਡੇ ਤੋਂ ਫੋਨ ਆਇਆ ਵੀ ਗੋਲੀ, ਕਿਹੜਾ ਅੱਡਾ ਸੀ ਜੀ? ਪੁਰਾਣੇ ਸਾਲੇ ਜੀ, ਪੁਰਾਣੇ ਸਾਲੇ ਚੋਕ ਦੇ ਵਿੱਚ, ਚੌਂਕ 'ਚ ਮਾਰੀ ਹੈ ਗੋਲੀ ਮਾਰੀ ਹੈ। ਕਿੰਨੇ ਜਣੇ ਸੀ ਜੀ ਉਹ? ਪਤਾ ਕੋਈ ਨਹੀਂ ਕਿੰਨੇ ਜਾਣੇ ਜੀ, 5-6 ਜਾਣੇ ਹੋਣਗੇ ਨਸ਼ਾ ਜੀ, ਔਰ ਬਿਨਾ ਪਹਿਲਾਂ ਡਾਟ ਮਾਰੇ ਆ ਜੀ, ਹਾਂਜੀ ਡਾਟ ਨਾਲ ਹਮਲਾ ਕੀਤਾ, ਬਾਅਦ ਫਿਰ ਗੋਲੀ ਮਾਰੀ ਹੈ, 3 ਗੋਲੀਆਂ ਚਲਾਈਆਂ। ਕਿੰਨੇ ਦਿਨ ਪਹਿਲਾਂ ਸੂਚਿਤ ਕੀਤਾ ਸੀ ਪੁਲਿਸ ਨੂੰ ਕਿ ਉਹਦੀ ਜਾਨ ਨੂੰ ਖਤਰਾ ਹੈ? 4-5 ਦਿਨ ਪਹਿਲਾਂ ਐਸਐਸਪੀ ਨੂੰ ਰਿਪੋਰਟ ਦਿੱਤੀ ਹੈ ਜੀ, ਹਾਂਜੀ ਵੀ ਏਦਾਂ ਵੇਪਣ ਲੈ ਕੇ ਘੁੰਮਣ ਡਿਆ ਬੰਦੇ ਦੇ, ਵਾਰਦਾਤ ਹੋ ਸਕਦੀ ਹੈ ਕੋਈ, ਉਸ ਨੂੰ 3-4 ਦਿਨ ਪਹਿਲਾਂ ਹੀ ਦੱਸਿਆ, ਕੋਈ ਕਾਰਵਾਈ ਨਹੀਂ ਕੀਤੀ। ਹੁਣ ਤੁਹਾਡੀ ਕੀ ਮੰਗ ਹੈਗੀ ਆ? ਅਸੀਂ ਕਹਿੰਦੇ ਆ ਬੰਦੇ ਪੇਸ਼ ਕਰੋ, ਬੰਦੇ ਅਰੈਸਟ ਹੋਣ, ਅਸੀਂ ਪੋਸਟਮਾਰਟਮ ਫੇਰ ਕਰਾਉਣਾ, ਮੈਂ ਉਹਦੀ ਭੈਣ ਆ, ਅਸੀਂ ਬਿਨਾ ਹੈ ਮੇਰਾ ਪਿਓ ਅੱਲਾ ਵਿਚਾਰਾ, ਨਹੀਂ ਜਾਣਦੇ ਉਹ ਸਾਹਮਣੇ ਬੰਦੇ ਪੇਸ਼ ਕਰੋ, ਮੈਂ ਫੇਰ ਹੱਥ ਲਾਉਣ ਦੇਣਾ ਆਪਣੇ ਭਰਾ ਨੂੰ, ਮੈਂ ਹੱਥ ਨਹੀਂ ਲਾਉਣ ਦੇਣਾ, ਕਿਉਂਕਿ ਚੌਂਕ ਦੇ ਵਿੱਚ ਮਰਵਾਇਆ ਪੁਲਿਸ ਨੇ, ਚੌਂਕ 'ਚ ਮਾਰਿਆ, ਪਿੰਡ 'ਚ ਹੁੰਦਾ ਨਾ ਪੂਰਾ ਪਿੰਡ ਬਚਾਉਂਦਾ, ਮੇਰਾ ਸਾਰਾ ਪਿੰਡ ਹੈ, ਪਰ ਚੌਂਕ ਦੇ ਵਿੱਚ ਮਾਰਿਆ ਪੁਲਿਸ ਨੇ, ਨਾਲ ਮਰਵਾਇਆ ਉਹ ਗੋਲੀਆਂ ਮਾਰਨੀਆਂ ਪੁਲਿਸ ਦੀ ਮੌਜੂਦਗੀ 'ਚ, ਉਹਨੂੰ ਪੁਲਿਸ ਦੀ ਮੌਜੂਦਗੀ 'ਚ ਉਹਨੂੰ ਗੋਲੀਆਂ ਮਾਰੀਆਂ ਗਈਆਂ, ਪੁਲਿਸ ਨੇ ਕੁਛ ਨਹੀਂ ਕੀਤਾ, ਕੁਛ ਨਹੀਂ ਕਰਕੇ ਗਈ। 4 ਦਿਨ ਪਹਿਲਾਂ ਐਸਐਸਪੀ ਨੂੰ ਡੀਐਸਪੀ ਨੂੰ ਆਪਾਂ ਦੱਸਿਆ ਕਿ ਉਹਨੂੰ ਖਤਰਾ ਹੈ, ਠੀਕ ਹੈ, ਕੋਈ ਵੀ ਵਾਰਦਾਤ ਹੋ ਸਕਦੀ ਆ, ਵੈਪਨ ਲਾ ਕੇ ਘੁੰਮਦੇ ਪਏ ਆ, ਪਰ ਉਹਨਾਂ ਨੇ ਕੋਈ ਕੁਛ ਨਹੀਂ ਕੀਤਾ। ਤੇ ਜਦੋਂ ਕੱਲ ਰਾਤੀ ਹੋ ਗਿਆ ਤੇ ਹੁਣ ਅੱਜ ਏਦਾਂ ਪੁਲਿਸ ਲਾਤੀ ਆ ਜਿੱਦਾਂ ਪਤਾ ਨਹੀਂ ਉਹ ਨੱਥ ਚਲਾਈ ਇੱਥੋਂ। ਸਾਡੀ ਕੀ ਮੰਗ ਆ ਜੀ? ਸਾਨੂੰ ਮੰਗ ਇਹ ਹੀ ਆ ਕਿ ਸਾਨੂੰ ਨਿਆਂ ਚਾਹੀਦਾ, ਜਿਹੜੇ ਮੁੰਡਿਆਂ ਨੇ ਗੋਲੀਆਂ ਮਾਰੀਆਂ ਸਾਡੇ ਮੂਹਰੇ ਪੇਸ਼ ਕਰ ਦੇਣ, ਸਾਡੇ ਸਾਹਮਣੇ ਪੇਸ਼ ਕਰ ਦੇਣ, ਅਸੀਂ ਚੱਲ ਜਾਵਾਂਗੇ, ਫਸ ਕੇ ਪੋਸਟਮਾਰਟਮ ਵੀ ਕਰਾ ਲਾਂਗੇ। ਸਰ ਕੋਈ ਰੰਜਿਸ਼ ਬਣੀ ਹੋਈ ਨਹੀਂ, ਕੁਛ ਨਹੀਂ ਸੀ, ਕੁਛ ਨਹੀਂ ਸੀ, ਜਗਤ ਮੀਨ ਵੰਡਣੀ, ਆਏ ਕੋਈ ਜ਼ਿਆਦਾ ਹੱਥ ਲੈਣੀਆਂ, ਆਏ ਕਰੀ ਮੁੰਡਿਆਂ ਨੂੰ ਜਾਣ ਦੇਣ ਨਾ ਕੁਛ, ਨਾ ਕੁਛ, ਨਾ ਕੋਈ ਯਾਰ ਕਰੀ ਕਿਸੇ ਨੂੰ, ਉਹਦੇ ਪੈ ਬਾਹਰ ਦੇ ਬਾਹਰ ਦੇ ਪੇਪਰ ਲੱਗੇ, ਹੋਰ 11 ਦਿਨਾਂ ਬਾਅਦ ਉਹਨੇ ਬਾਹਰ ਨੂੰ ਜਾਣਾ ਸੀ, ਪੁਰਤਗਾਲ ਦਾ ਵੀਜ਼ਾ ਲੱਗ ਗਿਆ, ਪੁਰਤਗਾਲ ਦਾ ਵੀਜ਼ਾ ਲਵਾਇਆ ਦਾ, ਅਲਟੀਮੇਟਲੀ ਫੜਨਾ, ਫੜ ਕੇ ਅੰਦਰ ਵੀ ਦੇਣਾ, ਕੇਸ ਵੀ ਚੱਲਣਾ, ਤੁਹਾਡੀਆਂ ਸਾਡੀਆਂ ਗਵਾਹੀਆਂ ਵੀ ਹੋਣੀਆਂ, ਉਸੇ ਬੇਸ ਤੇ ਉਮਰ ਵੈ ਕੈਦ ਵੀ ਹੋਣੀ ਹੈ, ਫਾਂਸੀ ਵੀ ਹੋਣੀ, ਬੜਾ ਕੁਝ ਹੋਣਾ, ਠੀਕ ਹੈ, ਜਦੋਂ ਸ਼ਰਿਆਂ ਇਹੋ ਜਿਹੀ ਗੱਲ ਹੋ ਜਾਂਦੀ ਹੈ ਤੇ ਜੱਜ ਵੀ ਹੁੰਦੇ ਕਿ ਇਹਨਾਂ ਨੂੰ ਫਾਂਸੀ, ਉਹ ਦੇਖਦੇ ਆ ਜੀ, ਇਹ ਤਰੀਕਾ ਤਾਂ ਹੀ ਹੋ ਸਕਦਾ ਜੇਕਰ ਤੁਸੀਂ ਸਾਡਾ ਸਾਡਾ ਸਾਥ ਦਿਓ। ਹੁਣ ਜੇ ਜਿਹੜਾ ਹੋਣਾ ਉਹ ਦੇਖੋ, ਨਾ ਮੈਂ ਨਾ ਲਿਆ ਸਕਦਾ, ਆਪਾਂ ਵਾਪਸ ਨਹੀਂ ਲਿਆ ਸਕਦੇ, ਵਾਪਸ ਨਹੀਂ ਲਿਆ ਸਕਦੇ, ਸਾਡਾ ਕਮਾਣ ਵਾਲਾ ਤੇ ਚੱਲ ਗਿਆ, ਸਾਡਾ ਕਮਾਣ ਵਾਲਾ ਚੱਲ ਗਿਆ, ਇਹਨੇ ਰੋਜ਼ੀ ਰੋਟੀ ਕੌਣ ਦੇ ਰਿਹਾ ਹੈ, ਆ ਦੇਖੋ ਦੇਖੋ ਐਸਪੀ ਸਾਹਮਣੇ ਇਹ ਗੱਲ ਕਹਤੀ ਹੈ, ਪਤਾ ਨਹੀਂ 2 ਮਹੀਨੇ ਉਹਨੇ ਕਮਾਣਾ ਕੇ 3 ਮਹੀਨੇ ਗਾ, ਜਿੱਦਾਂ ਦੀ ਉਹਦੇ ਪਿਓ ਦੇ ਮੇਰੀ ਮਾਂ ਦੀ ਸੱਟ ਪੈ ਗਈ ਹੈ, ਪਤਾ ਨਹੀਂ ਉਹਨੇ ਕਮਾਣਾ ਜਿੱਦਾਂ ਦੀ ਉਹਦੀ ਸਵੇਰੇ ਹਾਲਤ ਹੋਇਆ,
ਤੇ ਉਹ ਇੱਧਰ ਫਿਰਦੇ ਆ, ਤੁਸੀਂ ਕੱਲ ਵੀ ਕਿਹਾ ਹੁਣ ਕੀ ਦੱਸਣਾ, ਜਦੋਂ ਮੁੰਡਾ ਜਿਹੜਾ ਮਰ ਗਿਆ ਅਸੀਂ ਕੀ ਦੱਸੀ ਗੁਰਦਾਸਪੁਰ ਉੱਥੇ ਕੀ ਕਹਿੰਦੇ ਕਚਹਿਰੀ ਚ ਉਹ ਮੀਟਿੰਗ ਕਰਨ ਡੇ ਉਹਨਾਂ ਨੇ, ਉੱਥੋਂ ਬਾਅਦ ਮੰਮੀ ਨੂੰ ਲੈ ਕੇ ਵਾਪਿਸ ਆਉਣਾ, ਬੰਦਾ ਅਰੈਸਟ ਕਰ ਲਓ, ਉਹਨਾਂ ਦੇ ਜੇਬ ਚ ਦੋ ਰਿਵਾਲਵਰ ਆ, ਹੋਰ ਇੱਥੋਂ ਮੈਡਮ ਇਨਫੋਰਮੇਸ਼ਨ ਕੀਤੀ ਸ਼ਾਲੇ ਚੌਂਕ ਚ ਮੁੰਡੇ ਕੋਲ ਰਿਵਾਲਵਰ ਆ, ਉਹਨੂੰ ਮੈਂ ਦੱਸਿਆ ਮੇਰੇ ਲਾਗੇ ਦੋ ਮੁਲਾਜ਼ਮ ਖੜੇ ਆ, ਐਸ ਐਚ ਓ ਸ਼ਾਲੇ ਵਾਲੇ ਖੜੇ ਆ, ਉਹ ਸਾਈਡ ਤੇ ਚੱਲ ਗਏ ਆ, ਮੈਂ ਸਰ ਇਹ ਬੰਦੇ ਆ ਗਏ ਆ ਫੜ ਲਓ, ਕਿਸ ਬੰਦੇ ਦੀ ਕੀ ਨੈਗਲੈਪਸਿਸ ਸੀ, ਕਿਹਦੀ ਨੈਗਲੀਜੈਂਸੀ ਸੀ, ਕਿਹਦੀ ਨੈਗਲੈਕੀ ਸੀ ਜਿਸ ਕਰਕੇ ਕੰਮ ਹੋਇਆ, ਹੁਣ ਤੁਹਾਨੂੰ ਕੀ ਪਤਾ ਜੀ? ਸਰ ਕੀ ਮਾਮਲਾ ਸਾਰਾ, ਕੀ ਮੰਗ ਪਰਿਵਾਰ ਦੀ? ਪਰਿਵਾਰ ਦੀ ਮੰਗ ਇਹੀ ਹੈ ਕਿ ਜਿਹੜੇ ਹੈਗੇ ਨੇ ਕਸੂਰਵਾਰ ਉਹਨਾਂ ਨੂੰ ਛੇਤੀ ਤੋਂ ਛੇਤੀ ਫੜਿਆ ਜਾਏ, ਅਤੇ ਅਸੀਂ ਜਦੋਂ ਦਾ ਇੰਸੀਡੈਂਟ ਹੋਇਆ ਉਦੋਂ ਤੋਂ ਹੀ ਆਪਾਂ ਆਪਣੀ ਫੋਰਸ ਲਾਈ ਹੋਈ ਆ, ਅਤੇ ਸ਼ੋਰਟਲੀ ਛੇਤੀ ਫੜੇ ਜਾਣ। ਸਰ ਬਾਈ ਨੇਮ ਕਿੰਨੇ ਜਣੇ ਦੇ ਪਰਚੇ ਕੀਤੇ? ਪੰਜ ਜਣੇ ਦੇ ਪਰਚੇ ਬਾਈ ਨੇਮ। ਹਾਂਜੀ, ਅਤੇ ਉਹਨਾਂ 'ਤੇ ਆਪਾਂ ਰੇਡ ਕਰ ਰਹੇ ਹਾਂ ਅਤੇ ਸ਼ੋਰਟਲੀ ਫੜ ਜਾਣ। ਦੇਖੋ ਇੱਦਾਂ ਦਾ ਕੋਈ ਸਾਡੇ ਕੋਲ ਇਨ ਰਾਈਟਿੰਗ ਨਹੀਂ ਹੈਗਾ ਕਿ ਜੋ ਇਹਨਾਂ ਨੇ ਦਿੱਤਾ, ਪਰ ਇਹਨਾਂ ਨੇ ਦੱਸਿਆ ਹੋਊਗਾ ਅਤੇ ਜੇ ਆਪਾਂ ਨਹੀਂ ਕਾਰਵਾਈ ਕੀਤੀ ਤਾਂ ਆਪਾਂ ਉਹਨਾਂ ਦੇ ਖਿਲਾਫ ਕਰਾਂਗੇ। ਪੁਰਾਣੇ ਸਾਲੇ ਦੇ ਐਸ ਐਚ ਓ ਨੂੰ ਵੀ ਕਹਿੰਦੇ ਸਸਪੈਂਡ ਕਰਨ ਦੀ ਕੋਈ ਕਾਰਵਾਈ ਨਹੀਂ ਕੀਤੀ ਜਾਂ? ਨਹੀਂ, ਆਪਾਂ ਉਹੀ ਕਹਿ ਰਿਹਾ ਨਾ ਜਿਹੜੇ ਹੈਗੇ ਨੇ ਨਾ ਇਹਦੇ 'ਚ ਕਸੂਰਵਾਰ, ਉਹਨਾਂ ਦੇ ਖਿਲਾਫ਼ ਕਰਾਂਗੇ ਜੀ ਕਾਰਵਾਈ ਜੇ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਅਤੇ ਇਹਨਾਂ ਨੇ ਕਿਉਂ ਨਹੀਂ ਕਾਰਵਾਈ ਕੀਤੀ ਹੁਣ ਤੱਕ। ਉਹ ਸਰ ਜਿਹੜੇ ਦੋਸ਼ੀ ਨੇ ਉਹ ਪੀ ਓ ਵੀ ਹੈਗੇ ਨੇ ਪਹਿਲੇ ਮਾਮਲੇ 'ਚ? ਹਲੇ ਆਪਾਂ ਉਹ ਕਰ ਰਹੇ ਹਾਂ ਜੀ ਕਲੀਅਰ, ਉਹ ਕਰਕੇ ਅਤੇ ਫਿਰ ਆਪਾਂ ਜੇ ਹੈਗੇ ਨੇ ਪੀ ਓ ਤਾਂ ਜ਼ਰੂਰ ਉਹਨਾਂ ਨੂੰ ਫੜਿਆ ਜਾਏਗਾ, ਕਿਉਂਕਿ ਪੀ ਓ ਦਾ ਅਸੀਂ ਫੜਨੇ ਹੀ ਫੜਨੇ। ਸਰ ਜਿਹਦੀ ਮ੍ਰਿਤੀ ਹੋਈ ਉਹ ਕੋਈ ਸ਼ਿਵ ਸੈਨਾ ਆਗੂ ਵੀ ਹੈਗਾ ਜੀ ਦੱਸਿਆ ਜਾ ਰਿਹਾ? ਨਹੀਂ, ਇਹਦੇ ਬਾਰੇ ਸਾਨੂੰ ਨਹੀਂ ਕੋਈ ਨੌਲੇਜ ਕਿ ਆਗੂ ਹੈ ਕਿ ਨਹੀਂ, ਪਰ ਇਹਦੇ ਬਾਰੇ ਕੁਛ ਕਹਿ ਨਹੀਂ ਸਕਦੇ। ਪਰਿਵਾਰ ਵਾਲੇ ਕਹਿ ਰਹੇ ਜੀ ਉਹ ਮੇ ਬੀ ਹੋ ਸਕਦਾ।